ਏ ਆਕਾਸ਼ ਹਨੀ ਜਮੂਅ ਹੈ ਬੜੀ ਲਖ ਖਬਰਾਂ ਤੁੰਦਾ ਸਵਾਗਤ ਮੈਂ ਲੇ ਖਾਸ ਖਬਰਾਂ ਕਰਨੇ ਮੈਂ ਚਕਮਨ ਸ਼ਰਮਾ ਜੰਮੂ ਕਸ਼ਮੀਰ ਲੋਕ ਸੇਵਾ ਆਯੋਗ ਨੇ ਸਾਂਝੇ ਮੁਕਾਬਲੇਬਾਜ਼ੀ ਵਾਲੇ ਮਤਿਆਨ ਲਈ ਉਮਰ ਦੀ ਬੱਦੋਬਾਦ ਅਦ ਬਤਾਈ ਦਿੱਤੀ ਹੈ ਇਸ ਮਤਿਆਨ ਕੀ ਫਿਲਹਾਲ ਅਗੜਾ ਪਾਈ ਦਿੱਤਾ ਗਿਆ ਹੈ ਕਿਸ਼ਤਵਾਰ ਦੇ ਉੱਚੇ ਪਹਾੜੀ ਜੰਗਲਾਂ ਚੋਂ ਇਹਦੇ ਟਾਕਰੇ ਚ ਫੌਜ ਦਾ ਇੱਕ ਜੇਸੀਓ ਸ਼ਹੀਦ ਤੇ ਤਰੇ ਜਵਾਨ ਜ਼ਖਮੀ ਗ੍ਰਾਮ ਰੱਖਿਆ ਗਾਰਡਨ ਦੀ ਹੱਤਿਆ ਚ ਸ਼ਾਮਿਲ ਇਲਾਕੇ ਚ ਛੱਪੇ ਦੇ ਚਾਰ ਵਿਦੇਸ਼ੀ ਆਤੰਕਵਾਦੀਆਂ ਦੇ ਸਫਾਈ ਲਈ ਹੈਲੀਕਾਪਟਰਾਂ ਤੇ ਡਰੋਨਾਂ ਦੀ ਅਭਿਆਨ ਚਲਾਇਆ ਗਿਆ ਜਸਟਿਸ ਸੰਜੀਵ ਖੰਨਾ ਔਰ ਅੱਜ ਭਾਰਤ ਦੇ ਪ੍ਰਧਾਨ ਨਿਆਇਦੀਸ਼ ਦੇ ਅਹੁਦੇ ਦੀ ਸੁਗੰਧ ਚੁੱਕਣ ਲੈਫਟਨ ਗਵਰਨਰ ਮੋਹਨ ਸਿੰਘ ਅਰੇ ਜੀ ਕੈਲਖ ਜੋਤਿਸ਼ ਦੇ ਵੈਦਿਕ ਸੰਸਥਾਨ ਪ੍ਰਸਟ ਦੇ ਦੂਵੇ ਗਸ਼ਤੀ ਸੰਸਕ੍ਰਿਤ ਗੁਰੂਕੁਲ ਕਿਚਨ ਦਿੱਸੇਰਵਾਨਾ ਕੀਤਾ ਸਿੱਖ ਸਮੁਦਾਇ ਦੇ ਇੱਕ ਡੈਲੀਗੇਸ਼ਨ ਐ ਰਾਜਪਵਨ ਜਾਈਏ ਐਲਜੀ ਨੂੰ ਦਿਨੇ ਮਲਾਟੀ ਕੀਤੀ ਤੇ ਰਾਮਨਗਰ ਦੇ ਐਸਡੀਐਮ ਹੋਰੇ ਸਕੂਲ ਪਰਿਸਰੇ ਚ ਮੋਬਾਈਲ ਫੋਨ ਦੇ ਇਸਤੇਮਾਲ ਉਪਰ ਬੰਦਸ਼ ਲਾਇ ਦਿੱਤੀ ਗਿਆ ਖਬਰ ਦੀ ਤਫਸੀਲ ਕਰਨੇ ਵਿਜੇ ਪਜਾਜ ਜੰਮੂ ਕਸ਼ਮੀਰ ਸਰਕਾਰ ਐ ਪ੍ਰਦੇਸ਼ ਚ ਸਾਂਝੇ ਮੁਕਾਬਲੇ ਪਾਜ਼ੀਅਲੇ ਇਮਤੀਹਾਨ ਦੇਣੇ ਦੇ ਖਾਹਿਸ਼ਮੰਦ ਉਮੀਦਵਾਰਾਂ ਲਈ ਉਮਰ ਦੀ ਬੱਦੋ ਬੱਦ ਅੱਦ ਦੀ ਬਧਾਈ ਦਿੱਤਾ ਹੈ ਸਾਮਾਨਯ ਪ੍ਰਸ਼ਾਸਨਿਕ ਵਿਭਾਗ ਜੀਏਡੀ ਦੇ ਕਮਿਸ਼ਨਰ ਸੈਕਟਰੀ ਸੰਜੀਵ ਵਰਮਾਉਂ ਦੇ ਪਾਸਿਆ ਜਾਰੀ ਇੱਕ ਅਧिसूਚਨਾ ਮੁਜਬ ਸਾਮਾਨਯ ਸ਼੍ਰੇਣੀ ਦੇ ਮੇਦਵਾਰਾਂ ਲਈ ਉਮਰ ਦੀ ਵੱਧ ਤੋਂ ਵੱਧ ਆਦ ਕੀ ਬਧਾਈ 35 ਬਰੇ ਕਰ ਦਿੱਤਾ ਗਿਆ ਜਿਹੜੀ ਪਹਿਲੇ 30 ਬਰੇ ਤੱਕ ਰਦੀ ਸੀ ਇਸ ਸੱਚਾ ਲਈ ਆਰਕਸ਼ਿਤ ਸ਼੍ਰੇਣੀ ਦੇ ਮੇਦਵਾਰਾਂ ਲਈ ਉਹਨ ਬਧੋਬਾ ਉਮਰ ਦੀ ਆਦ 37 ਬਰੇ ਤੇ ਦਿਵਯੰਗ ਮੇਦਵਾਰੀਆਂ ਹਾਸਤੇ ਇਹ ਆਦ 38 ਬਰੇ ਤੱਕ ਕਰ ਦਿੱਤੀ ਗਈ ਹੈ ਤੁਹਾਨੂੰ ਜੰਮੂ ਕਸ਼ਮੀਰ ਲੋਕ ਸੇਵਾ ਆਯੋਗ ਨੇ 12 ਨਵੰਬਰ ਦੀ ਲਤਾ ਜਨਾਤੇ ਉਹਦਾ ਸਾਂਝੇ ਮੁਕਾਬਲੇ ਬਾਜ਼ੀ ਐਲਾਨ ਫਿਲਹਾਲ ਅਗੜਾ ਪਾਈ ਦਿੱਤਾ ਇਸ ਸਰਬੰਧ ਚ ਜਾਰੀ ਇੱਕ ਨੋਟਿਸ ਮੁજબ ਮਤੀਆਂ ਲਈ ਨਵੀਂ ਤਰੀਕ ਦਾ ਐਲਾਨ ਬਕਰੇ ਤੋਰੇ ਪਰ ਕੀਤਾ ਜਾਗ ਕਸ਼ਤਵੜ ਜ਼ਿਲ੍ਹੇ ਦੇ ਗਿਰਥਰੀ ਟਾਪ ਇਲਾਕੇ ਚ ਕਾਲਾ ਤੰਕਵਾਤੀਆਂ ਕਰਨ ਹੋਏ ਤੇ ਟੱਕਰੇ ਚ ਵਿਸ਼ੇਸ਼ ਬਲ ਦੇ ਇੱਕ ਜੇ ਸੀ ਯੋਸ਼ੀਦ ਤੇ ਤਰੇਹ ਜਵਾਨ ਜ਼ਖਮੀ ਹੋਏ ਕੇ ਮੰਨਿਆ ਜਾਂਦਾ ਹੈ ਜੇ ਇਲਾਕੇ ਚ ਛੱਪੇ ਦੇ ਇਹਨੇ ਚਾਰ ਆਤੰਕਵਾਦੀਏ ਗੇ ਜ਼ਿਲ੍ਹੇ ਦੇ ਕੁੰਤਵਾਰਾ ਇਲਾਕੇ ਚ ਦੋਂ ਗ੍ਰਾਮ ਰੱਖਸ਼ਾ ਗਾਰਡ ਦੇ ਹੱਤਿਆ ਕੀਤੀ ਹੀ ਜ਼ਿਲ੍ਹੇ ਦੇ ਦੂਰ ਦਰਡੇ ਜੰਗਲਾਂ ਚ ਗਿਦਰੀ ਟਾਪ ਇਲਾਕੇ ਚ ਤਪਾਸ਼ੀ ਅਭਿਆਨ ਲਈ ਤੈਨਾਤ ਫੌਜੀ ਟੀਮ ਦੀ ਅਗਵਾਈ ਕਰਾ ਕਰਦੇ ਨਾਇਬ ਸੁਬੇਦਾਰ ਰਕੇਸ਼ ਕੁਮਾਰ ਔਰ ਇਸ ਟਾਕਰੇ ਚ ਤਰੇ ਔਰ ਜਵਾਨੇ ਕੰਨੇ ਜ਼ਖਮੀ ਹੋਏ ਹੀ ਉਹਨੇ ਸਭਨੇ ਕੀ ਬਾਹਰਸਤਿਆ ਫੌਜੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਕਲ ਸੰਯਾ ਰਕੇਸ਼ ਕੁਮਾਰ ਓਰੇਨਦਮ ਤਰੋੜੀ ਦਿੱਤਾ ਇਸ ਹਮਲੇ ਦੇ ਬਾਅਦ ਕਾਲ ਪੂਰੇ ਇਲਾਕੇ ਚ ਸੁਰੱਖਿਆ ਬਲਿਆਂ ਆਪਣੇ ਅਭਿਆਨ ਕੀ ਔਰ ਤੇਜ਼ ਕਰ ਦਿੱਤਾ। ਤੋਹੀਂ ਲੈਫਟੇਨੈਂਟ ਗਵਰਨਰ ਮਨੋਤ ਸਿਨਾਉ ਰੇ ਸ਼ਹੀਦ ਰਕੇਸ਼ ਕੁਮਾਰਨ ਦੇ ਪਰਿਵਾਰ ਦੇ ਪ੍ਰਤੀ ਅੰਤਰ ਦੀਜ਼ਾਰ ਕੀਤੀ ਹੈ। ਐਲਜੀਓ ਰੇ ਨਾਇਬ ਸੁਬੇਦਾਰ ਰਕੇਸ਼ ਕੁਮਾਰਨ ਦੇ ਸਰਵੋੱਚ ਬਲੀਦਾਨ ਕੀ ਨਮਨ ਕਰਦੀ ਹੋਈ ਆਖਿਆ ਜੇ ਰਾਸ਼ਟ ਦੇ ਪ੍ਰਤੀ ਉੰਦੀਆਂ ਨਿਸਵਾਰਥ ਸੇਵਾਆਂ ਕੀ ਮੇਸ਼ਾਂ ਚ ਯਾ ਤਰੱਕਿਆ ਜਾਗ। ਅਧਿਕਾਰੀਆਂ ਮੁਜਬ ਗਿਤਰੀ ਟਾਪ ਦੇ ਜੰਗਲਿੰਚ ਛੱਪੇ ਦੇ ਚੌਨੇ ਅਤੰਗਵਾਦੀ ਪਾਕਿਸਤਾਨਦਨ ਤੇ ਉਹ ਬੜੇ ਪਾਰ ਇਥਿਆਰੇ ਕਰਨੇ ਲੈਸਬੀਅਨ ਜਿੰਦੇ ਚ ਐਮ 4 ਕਾਰਬਾਈਨ ਅਸਾਲਟ ਰਫਲਾਂ ਤੇ ਗੋਲਾ ਬਰੂਦ ਵੀ ਸ਼ਾਮਲ ਹੈ ਇਨਿਆਤੰਕਵਾਦੀਆਂ ਗੇ ਜ਼ਿਲ੍ਹੇ ਦੇ ਕੁੰਦਵਾਰਾ ਗ్రాੰਦ ਦੇ ਜੰਗਲਾਂ ਚ ਦੋਂ ਗ੍ਰਾਮ ਰੱਖਸ਼ਾ ਗਾਰਡਿੰਗ ਕੀ ਅਗਵਾ ਕਰੀਏ ਹੁੰਦੀ ਹੱਤਿਆ ਕੀਤੀ ਹੀ ਤੇ ਉਹਦੇ ਮਗਰਾਂ ਨੱਸੀ ਹੈ ਗਿਦਰੀ ਟਾਪ ਦੇ ਜੰਗਲਾਂ ਚ ਜਾਈ ਛੱਪੇ ਇੰਦੇ ਸਫਾਈ ਲਈ ਹੈਲੀਕਾਪਟਰ ਨੇ ਤੇ ਡਰੋਨ ਨੇ ਵੀ ਦਿਨਾਂਤ ਕੀਤਾ ਕਿ ਤਾਗੇ ਜੰਮੂ ਦੇ ਐਸਐਸਪੀ ਜੋਗਿੰਦਰ ਸਿੰਘ ਉਹਨੇ ਜ਼ਿਲ੍ਹੇ ਚ ਅਪਰਾਧਾਂ ਤੇ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਂਦਾ ਹੈ ਇਸ ਸਰਬੰਧ ਚਲਾਈ ਗਈ ਦੀ ਬੈਠਕ 'ਚ ਸੱਭੇ ਜ਼ੋਨਲ ਐਸਪੀ, ਐਸਡੀਪੀਓ, ਡੀਐਸਪੀ ਤੇ ਐਸਐਚਓ ਦੇ ਅਲਾਵਾ ਪੁਲਿਸ ਚੌਕੀਆਂ ਤੇ ਸਰਦ ਦੀ ਚੌਕੀਆਂ ਦੇ ਪ੍ਰਬਾਰੀ ਅਫਸਰ ਵੀ ਮੌਜੂਦ ਸਨ। ਜਾਰੀ ਇੱਕ ਬਿਆਨਾਂ ਮੁਜਬ ਬੈਠਕ 'ਚ ਪੁਲਸਾ ਦੇ ਕੰਮੇ ਦੇ ਬਖ ਬਖ ਪਹਿਲੂਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਜੀਆਂ ਕਿ ਜਾਂਚ, ਅਪਰਾਧੀਆਂ ਦਾ ਨਬੇੜਾ, ਤਸਦੀਕ ਵੈਰੀਫਿਕੇਸ਼ਨ ਤੇ ਐਨਡੀਪੀਐਸ ਤੇ ਯੂਏਪੀਏ ਸਰਬੰਧੀ ਮਾਮਲੇ ਦਾ ਨਬੇੜਾ ਵੀ ਸ਼ਾਮਲ ਹੈ। ਇਸ ਦੇ ਅਲਾਵਾ ਨਸੀ ਗਏ ਦੇ ਤੇ ਲਾਪਤਾ ਹੋਏ ਗਏ ਲੋਕਾਂ ਦੇ ਮਾਮਲੇ 'ਤੇ ਵੀ ਚੇਚੇਤ ਹੋ ਰਿਹਾ ਪਰ ਚਰਚਾ ਕੀਤੀ ਗਈ। SSP ਹੋਣੇ ਸਭ ਨੇ ਅਪਰਾਧਿਕ ਮਾਮਲੇ ਦਾ ਤਾਉਲੇ ਮਿਆਰੀ ਨਿਬੇੜਾ ਕਰਨ ਦੀ ਜ਼ਰੂਰਤ ਐਪਰ ਜ਼ੋਰ ਦਿੱਤਾ ਤੇ ਸਮਾਜੀ ਅਪਰਾਧੀਆਂ ਵਾਲੇ ਮਾਮਲੇਂ ਕੀ ਮਤੀ ਤਰਜੀਹ ਦੇਣ ਲਈ ਵੀ ਆਖਿਆ। ਉਹਨੇ ਪੁਲਸ ਤੇ ਆਮ ਜਨਤਾ ਵਿਚਕਾਰ ਨੇੜਮਈ ਤੇ ਬਸਾਪਰੋ ਸਿਆਲੇ ਸਰਬੰਧ ਵਿਕਸਿਤ ਕਰਨੇ ਪਰ ਜ਼ੋਰ ਦਿੱਤਾ ਤੇ ਕੰਨੇ ਸਮਾਜ ਤੇ ਰਾਸ਼ਟ ਬ੍ਰੋਧੀ ਤੱਤਵੇਂ ਖਿਲਾਫ ਮਤੀ ਸਖਤੀ ਨਾਲ ਪੇਸ਼ ਆਉਣੇ ਪਰ ਵੀ ਟਕੋਦਾ ਜ਼ੋਰ ਦਿੱਤਾ। ਜਸਟਿਸ ਸੰਜੀਵ ਖੰਨਾ ਹੋਰ ਅੱਜ ਭਾਰਤ ਦੇ ਕੁੰਜਮੇ ਪ੍ਰਧਾਨ ਨਿਆਧੀਸ਼ ਤੇ ਤੌਰਾ ਪ੍ਰਸ਼ੰਗਤ ਚੁਕੰਗਨ ਅੱਜ ਬਟਲੇ ਰਾਸ਼ਟਰਪਤੀ ਭਵਨ ਚ ਲੱਗਣ ਵਾਲੇ ਵਿਸ਼ੇਸ਼ ਸਮਾਰੋਹ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਹੋਰ ਉਹਨੇ ਕੀ ਆਉਦੇ ਦੀ ਸੰਗੰਧ ਚ ਕੰਗਨ ਜਸਟਿਸ ਖੰਨਾ ਹੋਰ ਇਹਨਾਂ ਕੀ ਬਰੇ 2005 ਚ ਦਿੱਲੀ ਹਾਈ ਕੋਰਟ ਦੇ ਅਤਿਰਿਕਤ ਜੱਜ ਦੇ ਤੌਰ ਪਰ ਨਿਯੁਕਤ ਕੀਤਾ ਗਿਆ ਖਾ ਤੇ 2006 ਚ ਉਹਨੇ ਕੀ ਸਥਾਈ ਕੀਤਾ ਗਿਆ ਖਾ ਉਹਨੇ ਕੀ ਜਨਵਰੀ 2019 ਚ ਸੁਪਰੀਮ ਕੋਰਟ ਦਾ ਜੱਜ ਬਣਾਇਆ ਗਿਆ ਖਾ ਜਸਟਿਸ ਕਨੌਰ ਜਸਟਿਸ ਡੀ.ਵਾਈ ਚੰਦਰ ਚੂੜੂਨ ਦੀ ਥਾਰ ਭਾਰਤ ਦੇ ਪ੍ਰਧਾਨਿਆ ਅਧਿਸ਼ ਦਾਵ ਦਾ ਸੰਭਾ ਕਰਦੇ ਨੇ ਜਸਟਿਸ ਚੰਦਰ ਚੂੜੂਨ ਦਾ ਭਾਰਤ ਦੇ ਪ੍ਰਧਾਨਿਆ ਅਧਿਸ਼ ਦੇ ਤੌਰ ਪਰ ਕਾਰਕਾਲ ਕੱਲ ਖਤਮ ਹੋਈ ਗਿਆ ਜੰਮੂ ਕਸ਼ਮੀਰ ਚ ਡੇਂਗੂ ਦੇ ਮਾਮਲੇ ਚ ਕੋਈ ਕਮੀ ਹੁੰਦੀ ਨਹੀਂ ਲੱਭਦੀ 78ਵੇਂ ਮਾਮਲੇ ਦੇ ਦਰਜੋਨੇ ਦੇ ਕੰਨੇ ਗਏ ਕੇਂਦਰ ਸ਼ਾਸਿਤ ਪ੍ਰਦੇਸ਼ ਚ ਇਸ ਬਰੇ ਅਜੇ ਤੋੜੀ ਸਾਹਮਣੇ ਆਏ ਦੇ ਮਾਮਲੇ ਦੀ ਗਿਣਤਰੀ 5747 ਤੋੜੀ ਪੁੱਛੀ ਗਈ ਹੈ ਕੱਲ ਜੰਮੂ ਜ਼ਿਲ੍ਹੇ 'ਚ ਡੇਂਗੂ ਦੇ ਤਿੰਨ ਨਵੇਂ ਮਾਮਲੇ ਦਰਜ ਕੀਤੇ ਗਏ ਜਿਨੇ ਕੀ ਰਲਾਈ ਹੈ ਜ਼ਿਲ੍ਹੇ ਚਿੰਦੀ ਗਿਣਤੀ 3543 ਹੈ ਸਿਹਤ ਅਧਿਕਾਰੀਆਂ ਮੁਜਬ 90% ਕੋਲਾਮਤੇ ਮਾਮਲੇ ਮਨਸੀਪਲ ਯਾਨੀ ਸ਼ਹਿਰੀ ਇਲਾਕੇ 'ਚ ਦਰਜ ਕੀਤੇ ਗਏ ਹਨ ਜੰਮੂ ਜ਼ਿਲ੍ਹੇ ਦੇ ਬਾਅਦ ਸਭਨੇ ਸ਼ਮਤੇ 595 ਮਾਮਲੇ ਸਾਂਭਾ ਜ਼ਿਲ੍ਹੇ ਚ ਦਰਜ ਕੀਤੇ ਗਏ। ਇਸ ਇਲਾਵਾ ਕਟੂਆ ਚ 547, ਉਦਮਪੁਰ ਚ 298, ਰਿਆਸੀ ਚ 262, ਰਜੋਰੀ ਚ 181, ਡੋਡਾ ਚ 156, ਪੁਨਚ ਚ 63, ਰਾਂਬਨ ਚ 65 ਤੇ ਕਿਸ਼ਤਵਾਰ ਜ਼ਿਲ੍ਹੇ ਚ 20 ਮਾਮਲੇ ਦਰਜ ਕੀਤੇ ਗਏ ਹਨ। 2024 ਚ ਅਜੰਤੂੜੀ 3419 ਮਰੀਜ਼ਾਂ ਦੀ ਡੇਂਗੂ ਜਾਂਚ ਕੀਤੀ ਗਈ ਹੈ ਜਿੰਦੇ ਚ 5747 ਮਰੀਜ਼ਾਂ ਚ ਇਹਦੀ ਤਸਦੀਕ ਹੋਈ ਹੈ। ਇੰਨੇ ਮਤੇ ਮਾਮਲੇ ਦੇ ਬਾਵਜੂਦ ਵੀ ਸੰਦੋਖ ਖੈ ਲਈ ਗੱਲ ਇਹ ਹੈ ਜੇ ਇਸ ਬਿਮਾਰੀ ਕਰੀ ਜਾਨੀ ਨੁਕਸਾਨ ਬੜਾ ਘੱਟ ਗੈ ਦਰਜ ਕੀਤਾ ਗਿਆ ਹੈ ਡੇਂਗੂ ਦੇ ਲੱਛਣੇ ਦੇ ਚਲਦੇ 499 ਮਰੀਜ਼ਾਂ ਕੀ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੰਦੇ ਚਾ 400 ਕੀ ਠੀਕ ਹੋਨੇ ਪਰ ਛੁੱਟੀ ਵੀ ਦੇ ਦਿੱਤੀ ਗਈ ਹੈ ਇਹ ਖਬਰਾਂ ਤੋਂ ਆਕਾਸ਼ਵਾਣੀ ਜੰਮੂ ਤੋਂ ਸੁਣਾ ਰਦੀ ਹੋ ਬਾਕੀ ਦੀਆਂ ਖਬਰਾਂ ਕਰਨਾ ਜਗਮੋਹਨ ਸ਼ਰਮਾ ਲੈਫਟਨਰ ਗਵਰਨਰ ਮੋਲ ਸਿਨਹਾ ਨੇ ਕੱਲ ਰਾਜ ਭਵਨ ਥਮਾ ਸ਼੍ਰੀ ਕੈਲਖ ਜੋਤਿਸ਼ ਤੇ ਵੈਦਿਕ ਸੰਸਥਾਨ ਟਰਸਟ ਦੇ ਦੂਏ ਗਸ਼ਤੀ ਸੰਸਕ੍ਰਿਤ ਗੁਰੂ ਕੁਲ ਦੀ ਚੰਡੀ ਦਾ ਸਿਰ ਰਵਾਨਾ ਕੀਤਾ ਇਸ ਮੌਕੇ ਪਰ ਐਲਜੀ ਹੋਰੇ ਸ਼੍ਰੀ ਕੈਲਖ ਜੋਤਿਸ਼ ਤੇ ਵੈਦਿਕ ਸੰਸਥਾਨ ਟਰਸਟ ਤੇ ਇਹਦੇ ਕੰਨੇ ਜੁੜੇ ਦੇ ਸਭ ਨੇ ਲੋਕਾਂ ਦੀ ਵਧਾਈ ਦਿੱਤੀ ਹੈ ਸਿਨਹਾ ਹੋਰੇ ਸੰਸਕ੍ਰਿਤ ਭਾਸ਼ਾ ਤੇ ਸੰਸਕ੍ਰਿਤ ਸ਼ਾਸਤਰ ਦੇ ਗਿਆਨ ਦੀ ਫੈਲਾਣੇ ਤਾਈ ਟਰਸਟ ਦੀਆਂ ਕੋਸ਼ਿਸ਼ਾਂ ਦੀ ਵਿਸਰਾਨਾ ਕੀਤੀ ਗਸ਼ਤੀ ਸੰਸਕ੍ਰਿਤ ਗੁਰੂ ਕੁਲ ਜੰਮੂ ਕਸ਼ਮੀਰ ਚ ਦੇਵਵਾਣੀ ਸੰਸਕ੍ਰਿਤ ਦੇ ਪ੍ਰਚਾਰ ਪ੍ਰਸਾਰ ਤਾਈ ਹਰ ਘਰ ਚ ਸੰਸਕ੍ਰਿਤ गेहे गेहे संस्कृतम अभियान का हिस्सा है तोई सिख कोआर्डीनेशन कमेटी जम्मू कश्मीर के एक प्रतिनिधिमंडल ने भी राजभवन जाइए एल जी मनोज सिन्हा हलाटी की प्रतिनिधिमंडल केन्द्र शासित प्रदेश रौने वाले सिख समुदाय के मुद्दे पर लो पाते हु अपन मंगे आला एक ज्ञापन एल जी सौंपया उ योग्य सिख आबादी की पहाड़ी जाति समूह च शामिल करने पंजाबी भाषा की बढ़ावा देने श्रीनगर च महाराजा रणजीत सिंह हुरी प्रतिमा स्थापित करने सने ਔਰ ਵੀ ਕਈ ਮੰਗਾ ਸ਼੍ਰੀ ਸਿੰਘਾਉਂ ਦੇ ਅੱਗੇ ਰੱਖੀਆਂ ਉਹਦੇ ਅਲਾਵਾ ਔਰ ਵੀ ਕਈ ਡੈਲੀਗੇਸ਼ਨ ਨੇ ਰਾਜਪਵਨ ਜਾਈਏ ਐਲਜੀ ਹੁੰਦੇ ਨੇ ਕੱਲ ਮਲਾਟੀ ਕੀਤੀ रामनगर सब डिवीजन के एसडीएम रजिंद्र सिंह राणा इलाके दे स्कूल परिसरें च मोबाइल फोन इस्तेमाल पर पाबंदी लाने का एक सर्कुलर जारी किया कार्रवाई उन्ने बूलों के चानचक दौरे के बाद की जिस दौरान कई बच्चे स्कूलों क्लासें च भी मोबाइल फोन इस्तेमाल करते दिखा गया हा एह सब डिवीजन के मकामी लोक शिकायत दर्ज कराई ही जे स्कूलें च टीचर ते विद्यार्थियों आसिया बिजन कुसा रोक टोक दे मोबाइल फोन के इस्तेमाल करने कारण अनुशासनहीनता पैदा अन्शासनहीनता पढ़ाई की प्रक्रिया भी बिगन पवा करता है। सर्कुलर जो आख्या गया है जो जसा इमरजेंसी स्थिति स्कूल प्रिंसिपल या हेड का फोन इस्तेमाल किया सकता है सबने जेडीओए प्रिंसिपलें हेडमास्टरें है, प्रभारियों की आखुलर की सब्ने प्राइवेट स्कूलों में भी अमलावरी यकी बनाई जा ਸਿਹਤ ਸੇਵਾਵਾਂ ਦੇ ਖੇਤਰ ਵਿੱਚ ਜਵਾਬਦੇਹੀ ਯਕੀਨੀ ਬਣਾਉਣ ਲਈ ਰਾਜੌਰੀ ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਅਭਿਸ਼ੇਕ ਸ਼ਰਮਾ ਨੇ ਦਰਾਲ ਵਾਲੇ ਸਬ ਡਿਵੀਜ਼ਨ ਹਸਪਤਾਲ ਦਾ ਚਾਂਚਕ ਦੌਰਾ ਲਾਇਆ ਜਿਸ ਦੌਰਾਨ ਉੱਥੇ ਇੱਕ ਡਾਕਟਰ ਤੇ ਇੱਕ ਟੈਕਨੀਸ਼ੀਅਨ ਕੀ ਛੋੜੀਏ ਸਾਰਾ ਸਟਾਫ ਗੈਰ ਹਾਜ਼ਰ ਪਾਇਆ ਗਿਆ ਜਿਹਦੇ ਪਰ ਕਾਰਵਾਈ ਕਰਦੀ ਹੋਈ ਡੀਸੀਓ ਨੇ ਬਲਾਕ ਮੈਡੀਕਲ ਅਫਸਰ ਕੀ ਮੋਤਲ ਕਰਨੇ ਦਾ ਹੁਕਮ ਜਾਰੀ ਕਰਦੀ ਹੋਈ ਉਸ ਸੀਐਮਓ ਰਾਜੋਰੀ ਦੇ ਦਫਤਰਾਂ ਚ ਅਟੈਚ ਕਰ ਦਿੱਤਾ ਹੈ। ਅਤਿਰਕਤ ਜ਼ਿਲ੍ਹਾ ਵਿਕਾਸ ਕਮਿਸ਼ਨਰ ਡਾਕਟਰ ਰਾਜਕੁਮਾਰ ਠਾਪਾ ਗਈ ਇਸ ਮਾਮਲੇ ਚ ਜਾਂਚ ਅਫਸਰ ਨਿਯੁਕਤ ਕਰੀਏ ਤ੍ਰਾਂ ਦਿਨ ਦੇ ਅੰਤਰੰਤਰ ਮਾਮਲੇ ਦੀ ਰਿਪੋਰਟ ਜਮ੍ਹਾਂ ਕਰਵਾਉਣ ਲਈ ਆਖਿਆ ਗਿਆ ਹੈ। ਜ਼ਿਲ੍ਹਾ ਵਿਕਾਸ ਕਮਿਸ਼ਨਰ ਇਨੇ ਦਿਨੇ ਬਾਖਪਾਕ ਮੈਕਮੇਦ ਇਦਾਰੇ ਦਾ ਦੌਰਾ ਕਰੀਏ, ਇੰਦੇ ਕੰਮ ਕਾਜ ਦੀ ਸਮੀਖਿਆ ਕਰਾ ਕਰ ਦੇਣ, ਟਕੋਦਾ ਕਰੀਏ ਆਂਦੇ ਸਿਆਲ ਦੌਰਾਨ ਜ਼ਰੂਰੀ ਸੇਵਾਵਾਂ ਸਹੂਲਤਾਂ ਦੀ ਯਕੀਨੀ ਬਣਾਉਣ ਲਈ। ਕਿਸ਼ਤਵਾਰ ਦੇ ਜ਼ਿਲ੍ਹਾ ਵਿਕਾਸ ਕਮਿਸ਼ਨਰ ਰਾਜੇਸ਼ ਕੁਮਾਰ ਸ਼ਵਨੋਰੇ ਮੋਗਲ ਮੈਦਾਨ ਬਲਾਕ 8 ਪੌਂਦੀ आदर्श पंचायत सिगड़ी बी1 ਦਾ ਦੌਰ aerationਾਤੇ ਮਾਡਲ ਪੰਚਾਇਤ ਵਿਕਾਸ ਪ੍ਰੋਜੈਕਟ ਦੇ ਤਹਿਤ ਅਥਾ ਚਲਾਤੇ ਗਏ ਵਿਕਾਸ ਕਮੇ ਦੀ ਸਥਿਤੀ ਪ੍ਰਗਤੀ ਤੇ ਉਪਲਬਧੀ ਦੀ ਸਮੀਖਿਆ ਕੀਤੀ ਪੰਚਾਇਤ सिगड़ी बी1 ਕਸ਼ਤਵਾਰ ਜ਼ਿਲ੍ਹੇ ਚ ਆਦਰਸ਼ ਪੰਚਾਇਤ ਦੇ ਰੂਪ ਚ ਵਿਕਸਿਤ ਕਰਨ ਲਈ ਚੁਣੀ ਗਈ 13 ਪੰਚਾਇਤਾਂ ਚ 8178 ਪ੍ਰਮੁੱਖ ਵਿਕਾਸ ਸੰਕੇਤਕਾਂ ਦੇ 100% ਲਾਗੂ ਹੋਣ ਦੇ ਲਕਸ਼ਿਅ ਗੀ ਹਾਸਲ ਕਰਨ ਲਈ ਕਾਮਚਾਰੀ ਨ ਦੌਰੇ ਦੌਰਾਨ ਉਹਨੇ ਮਕਾਮੀ ਲੋਕਾਂ ਕਨੇ ਗੱਲਬਾਤ ਦਾ ਵੀ ਗੇੜ ਲਾਇਆ ਇਸ ਦੌਰਾਨ ਡੀਸੀਓ ਨੇ ਪ੍ਰਧਾਨ ਮੰਤਰੀ ਮੰਤਰੀ ਗ੍ਰਾਮੀਣ ਆਵਾਸ ਯੋਜਨਾ ਸਵੱਛ ਭਾਰਤ ਮਿਸ਼ਨ ਪ੍ਰਧਾਨ ਮੰਤਰੀ ਰੋਜ਼ਗਾਰ ਸ੍ਰਿਜਨ ਕਾਰਜਕ੍ਰਮ ਸਿਹਤ ਖੇਤਰ ਚ ਪਹਿਲ ਕਦਮੀਆਂ ਤੇ ਸਮਾਜ ਕਲਿਆਣ ਸਰਬੰਧੀ ਵੱਖ-ਵੱਖ ਸਕੀਮਾਂ ਤੇ ਕਾਰਜਕ੍ਰਮਾਂ ਦੀ ਅਮਲਾਵਰੀ ਦਾ ਜਾਇਜ਼ਾ ਲੈਤਾ ਅਖੀਰਾ ਚ ਖਾਸ-ਖਾਸ ਖਬਰਾਂ ਇੱਕ ਵਾਰੀ ਪਰਤੀ ਹੈ ਜੰਮੂ ਕਸ਼ਮੀਰ ਲੋਕ ਸੇਵਾ ਆਯੋਗ ਨੇ ਸਾਂਝੇ ਮੁਕਾਬਲੇਬਾਜ਼ੀ ਵਾਲੇ ਮਤਿਆਨ ਲਈ ਉਮਰ ਦੀ ਬੱਦੋ-ਬੱਦ ਅੱਤ ਕੀ ਬਧਾਈ ਦਿੱਤਾ ਹੈ ਇਸ ਮਤਿਆਨ ਕੀ ਫਿਲਹਾਲ ਅਗੜਾ ਪਾਇਆ ਗਿਆ ਹੈ ਕਿਸ਼ਤਵਾੜ ਦੇ ਉੱਚੇ ਪਹਾੜੀ ਜੰਗਲਾਂ ਚੋਂ ਇਹ ਦਿਟਾਕਰੇ ਚ ਫੌਜ ਦਾ ਇੱਕ ਜੇਸੀਓ ਸ਼ਹੀਦ ਤੇ ਤਰੇ ਜਵਾਨ ਜ਼ਖਮੀ ਹੋਏ ਕੇ ਨਾ ਜਸਟਿਸ ਸੰਜੀਵ ਖੰਨੋ ਰਾਜਪਾਰਦੇ ਪ੍ਰਧਾਨ ਨ્યાधीश ਤੇ ਅਵਦੇਦੀ ਸੰਗਤ ਚੁਕੰਨ ਤੇ ਐਲਜੀ ਮਨੋਚ ਚਨਾਉਰੇ ਸ਼੍ਰੀ ਕੈਲਖ ਜੋਤਿਸ਼ ਤੇ ਵੈਦਿਕ ਸੰਸਥਾਨ ਟਰਸਟ ਦੇ ਦੂਏ ਗਸ਼ਤੀ ਸੰਸਕ੍ਰਿਤ ਗੁਰੂਕੁਲ ਕੀ ਕਲਚੰਡੀ ਦਸਯਰਵਾ ਨ ਕੀਤਾ। ਇਹ ਦੇ ਕੰਨੇਗੇ ਖਬਰਿੰਦਾ ਇਹ ਬੁਲੇਟਿਨ ਸਮਾਪਤ ਹੋਗਾ।